रॉयल्टी दे नां उते वसूली लई जांदी है गुंडा पर्ची। क्रेशर मालक डाढे परेशान। गुंडा पर्ची बंद करो, बंद करो, बंद करो, धक्केशाही नहीं चलेगी, नहीं चलेगी। ए नारेबाजी उस गुंडा टैक्स वसूली खिलाफ है जिस नथ पाउण दा दावा मुख्यमंत्री चरणजीत सिंह चन्नी ने अपना अहुदा संभालदियां कीता सी, पर अजे तक अजिहा कुछ विखाई नहीं दिता कि गुंडा टैक्स बंद हो गया होवे जां फिर मुख्यमंत्री दे ऐलान तो बाद गुंडा टैक्स वसूलण वाले सहम गए हो। जिला रोपड़ दे नूरपुर बेदी ब्लॉक विच चलदे क्रेशर मालकां दा इल्जाम है कि उन्हां तों टिप्पर भरे जाण दे नाम उते 4600 रुपए रॉयल्टी दे तौर उते गुंडा पर्ची लई जांदी है। क्रेशर मालकां दा कहना है कि उन्हां दी इस लुकवी लुट लई सूबा सरकार जिम्मेवार है क्योंकि इस सारा काम सरकार दी मिले भगत तो बिना नहीं हो सकता। अते जो भी इस धक्केशाही खिलाफ मुंह खोलता है उस खिलाफ परचा दर्ज कर दिता जांदा है। मेनली तो सरकार ही दोषी है, सरकार दी पॉलिसी दोषी है। सरकार ने पौने पांच सालों दे विच कोई ठोस पॉलिसी जिहड़ी आ माइनिंग ते नहीं बनाई। एक पासे मुख्यमंत्री साहब कहिंदे आ वी रेते दे उत्ते कोई टैक्स नहीं लगना, तुहानूं रेता फ्री, तुसीं अपनी जमीन दे विचों कढ सकदे हो। दूजे पासे आ तुहाडे सामणे ही परचियां दिखाई जांदे आ। जे कोई इस गल दा विरोध करदा है तां इह सरकारी तंत्र नाल साडे उत्ते जिहड़ा दबाव पाउण दी कोशिश करदे आ। पिछले 2-3 साल तों इत्थे गुंडा टैक्स लाया होया जी, पंजाब सरकार दी शह दे नाल। एक परची है सिर्फ कागज़ी दी, कोई रसीद नहीं, कोई कुछ नहीं है। इहदे ते होए 4.25 रुपये गड्डी दी, 4500 रुपये दे हिसाब नाल रॉयल्टी वसूल करदे आ। ਜਿਹੜਾ ਬੰਦਾ ਰਿਐਲਿਟੀ ਨਹੀਂ ਦਿੰਦਾ ਉਹਦੇ 'ਤੇ ਧੱਕੇ ਨਾਲ ਪਰਚੀ ਕਰਾਉਂਦੇ ਆ। ਅਤੇ ਜੇ ਨਹੀਂ ਸਾਡੇ ਕਿਸੇ ਵੀ ਸਾਥੀ 'ਤੇ ਨਜਾਇਜ਼ ਪਰਚਾ ਕੀਤਾ ਜਾਂ ਸਾਨੂੰ ਡਰਾਇਆ ਧਮਕਾਇਆ ਫੋਨ ਕਰਕੇ ਅਤੇ ਅਸੀਂ ਅਗਲਾ ਸੰਘਰਸ਼ ਵਿੱਢਾਂਗੇ। ਜਿੰਨਾ ਮਾਈਨਿੰਗ ਡਿਪਾਰਟਮੈਂਟ ਹੈ ਸਭ ਕੁਛ ਹੈ, ਸਭ ਰਲੇਗਾ, ਮਤਲਬ ਹੋਰ ਕੁਛ ਨਹੀਂ ਕਹਿ ਸਕਦੇ ਇਹਨਾਂ ਦੇ ਬਾਰੇ। ਹੁਣ ਸਿੱਧੀ ਗੱਲ ਜੀ, 2 ਸਾਲ 'ਤੇ ਧੱਕੇ ਨਾਲ ਹੀ ਕੰਮ ਕਰ ਰਹੇ ਜਾਂ ਜੋ ਵੀ ਹੈ ਪੈਸੇ ਲੈ ਰਹੇ ਆ ਔਰ ਤੁਹਾਨੂੰ ਉਹ ਦੇਣੇ ਹੀ ਪੈਂਦੇ। ਸੀਐਮ ਸਾਹਿਬ ਆਪ ਚੰਡੀਗੜ੍ਹ ਬੈਠੇ ਜੀ, ਇੱਥੇ ਰਾਇਲਟੀ ਵਾਲੇ ਬੈਠੇ ਆ, ਦੇਖ ਲਓ ਜੀ, ਹਫ਼ਤਾ ਹੋ ਗਿਆ ਇੱਥੇ ਹੀ ਬੈਠੇ ਆ। ਤੁਹਾਡੇ ਸਾਹਮਣੇ ਹਿੱਲੇ ਤਾਂ ਨਹੀਂ, ਤੁਸੀਂ ਆਏ ਹੋ, ਇੱਥੋਂ ਜਿੰਨੀ ਵੀ ਗੱਡੀ ਲੰਘੂਗੀ ਉੱਥੇ ਉਹ ਖੜ ਹੋ ਜਾਣੀ ਆ। ਪਰਚੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਉੱਧਰ ਕ੍ਰੈਸ਼ਰ ਮਾਲਕਾਂ ਦੇ ਵਿਰੋਧ ਨੂੰ ਵੇਖਦਿਆਂ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕ੍ਰੈਸ਼ਰ ਮਾਲਕਾਂ ਦੀ ਪਰੇਸ਼ਾਨੀ ਨੂੰ ਫੌਰਨ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪਰ ਜਿਸ ਹਿਸਾਬ ਦੇ ਨਾਲ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਮੀਡੀਆ ਨੂੰ ਬਿਆਨ ਦਿੱਤਾ ਗਿਆ ਕਿ ਉਹ ਬਹੁਤ ਤਸੱਲੀ ਬਖਸ਼ ਨਹੀਂ ਜਾ ਪਿਆ ਅਤੇ ਦਾਲ ਵਿੱਚ ਕੁਝ ਕਾਲਾ ਹੋਣ ਵੱਲ ਇਸ਼ਾਰਾ ਕਰ ਗਿਆ। ਇੱਥੇ ਮੈਨੂੰ ਪਤਾ ਲੱਗਿਆ ਸੀ ਕ੍ਰੈਸ਼ਰ ਵਾਲਿਆਂ ਨੇ ਰੈਲਟੀ ਵਾਲਿਆਂ ਨਾਲ ਕੰਡੇ 'ਚ ਕੋਈ ਪੰਗਾ ਪਾਇਆ ਹੋਇਆ। ਮੈਂ ਇੱਥੇ ਮੌਕੇ 'ਤੇ ਆਇਆ ਅਤੇ ਹੁਣ ਇੱਥੇ ਬਹੁਤ ਘੱਟ ਬੰਦੇ ਰਹਿ ਗਏ ਵੀ ਅਤੇ ਇਹਨਾਂ ਨਾਲ ਗੱਲਬਾਤ ਹੋਈ। ਇਹ ਕਹਿੰਦੇ ਕਿ ਕਿਹੜੇ ਸਾਡੇ ਰੈਲਟੀ ਵਾਲੇ ਸਾਡੇ ਅਧਿਕਾਰ ਪੂਰਾ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਹੈਗਾ। ਹੁਣ ਮੈਂ ਐਕਸ਼ਨ ਕਾਲਸੀ ਸਾਹਿਬ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਅਤੇ ਉਹਨਾਂ ਦੇ SDO ਕੰਗ ਸਾਹਿਬ ਨੇ ਉਹਨਾਂ ਨੂੰ ਉੱਥੇ ਬੁਲਾਇਆ, ਉਹਨਾਂ ਨੂੰ ਬੁਲਾ ਕੇ ਉਹਨੂੰ ਡਿਸਕਸ ਕਰਕੇ ਜੋ ਵੀ ਫੈਸਲਾ ਹੋਵੇ ਇੱਕ ਅੱਧੇ ਦਿਨ ਦੇ ਦੇਵਾਂਗੇ ਜੀ। ਪੰਜਾਬ 'ਚ ਨਾਜਾਇਜ਼ ਮਾਈਨਿੰਗ ਅਤੇ ਮਨਜ਼ੂਰ ਸ਼ੁਦਾ ਖੱਡਾਂ ਉੱਤੇ ਕ੍ਰੈਸ਼ਰ ਮਾਲਕਾਂ ਦੀ ਹੁੰਦੀ ਲੁੱਟ ਇਹ ਬਿਆਨ ਕਰਦੀ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਉੱਤੇ ਹੈ ਅਤੇ ਜੋ ਵੀ ਇਸ ਖਿਲਾਫ ਮੂੰਹ ਖੋਲਦਾ ਹੈ ਉਸ ਉੱਤੇ ਪਰਚਾ ਦੇ ਦਿੱਤਾ ਜਾਂਦਾ ਹੈ। ਬਹਿਰਾਲ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਗੁੰਡਾ ਪਰਚੀ ਬੰਦ ਕਰਵਾਉਂਦੀ ਹੈ ਜਾਂ ਫਿਰ ਕ੍ਰੈਸ਼ਰ ਮਾਲਕਾਂ ਨੂੰ ਮੁਜ਼ਾਰਾ ਕਰਨ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਨੂਰਪੁਰ ਬੇਦੀ ਤੋਂ ਬਲਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ, PTC ਨਿਊਜ਼। 2022 ਦੇ ਚੋਣ ਮੁਕਾਬਲੇ ਦੀ ਸ਼ੁਰੂ ਹੋ ਚੁੱਕੀ ਹੈ ਜੰਗ, ਹੁਣ ਹੈ ਤੁਹਾਡੀ ਵਾਰੀ। ਸਰਕਾਰ ਦੀ ਖਤਮ ਹੋਈ ਪਾਰੀ, ਪੁੱਛਾਂਗੇ ਤੁਹਾਡੇ ਸਵਾਲ। ਇਹਨੇ ਸਾਲ ਕਿੱਥੇ ਰਹੀ ਸਰਕਾਰ? ਮੁਫਤ ਬਿਜਲੀ, ਮੁਫਤ ਸਹੂਲਤਾਂ, ਵਪਾਰ ਲਈ ਨਵਾਂ ਕੀ, ਉਦਯੋਗ ਨੂੰ ਕਿਵੇਂ ਆਏਗਾ ਸਾਥ? ਨੌਜਵਾਨਾਂ ਦੀ ਵੀ ਪਾਵਾਂਗੇ ਬਾਤ, ਖਬਰ ਹਰ ਪਲ, ਦਿਨ ਹੋਵੇ ਜਾਂ ਰਾਤ, ਜਨਤਾ ਕਰੇਗੀ ਤੈਅ। ਪਹਿਲੇ ਦਿਨ ਤੋਂ ਨਤੀਜਿਆਂ ਤੱਕ ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। 2022 ਕਿਸ ਦਾ ਪੰਜਾਬ।